ਬਹੁਤ ਸੋਹਣਾ ਸਟੇਸ਼ਨ ਸੀਗਾ, ਨੀਟ ਐਂਡ ਕਲੀਨ ਸੀਗਾ, ਸਾਫ਼ ਸੁਥਰਾ। ਆਪਾਂ ਨੂੰ ਬਾਹਰ ਹੀ ਸਿਮ ਮਿਲ ਗਿਆ, ਉਹ ਬੈਠੇ ਮੈਡਮ ਹੋਣੀ। ਵਾਓ, ਟ੍ਰੇਨ ਕਿਹੜੀ! ਓਏ ਸਾਬੂ, ਇੱਧਰ ਕਰ ਹੱਥ, ਓਏ ਇੱਧਰ ਕਰ ਹੱਥ। ਲਓ ਜੀ, ਬੈਠਣ ਸਾਰ 2 ਮਿੰਟ ਰੁਕੀ ਹੈ ਲੁਧਿਆਣਾ ਸਟੇਸ਼ਨ 'ਤੇ, ਅਤੇ ਨਾਲ ਦੀ ਨਾਲ ਸਾਨੂੰ ਬੋਤਲਾਂ ਮਿਲ ਗਈਆਂ। 15 ਮਿੰਟ ਬਾਅਦ ਆ ਗਿਆ ਆਪਣਾ ਨਾਸ਼ਤਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਗੁੱਡ ਮੋਰਨਿੰਗ। ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ, ਕੈਂਟ ਹੋਵੋਗੇ, ਹੱਲੇ ਬੱਲੇ ਕਰਦੇ ਹੋਵੋਗੇ। ਨਿਊ ਵਲੌਗ ਆ ਗਿਆ, ਨਿਊ ਵਲੌਗ 'ਤੇ ਨਵੇਂ ਦਿਨ 'ਚ ਤੁਹਾਡਾ ਸਵਾਗਤ ਹੈ। ਸਵਾਗਤ ਹੋਇਆ ਤੂਫਾਨ ਨਾਲ, ਤੁਹਾਨੂੰ ਦਿਖਦਾ ਹੋਣਾ ਉਹ ਉੱਪਰ ਆਪਣੀ ਆ ਰੱਸੀ ਕਿਵੇਂ ਜਾਂਦੀ ਹੈ। ਦੇਖੋ, ਸਵਾਗਤ ਬੜੇ ਜ਼ਬਰਦਸਤ ਤੂਫਾਨ ਨਾਲ, ਕੀ ਦੇਖ ਰਹੀ ਹੈ, ਹਨੇਰਾ ਹੋਇਆ ਪਿਆ, ਲਾਈਟ ਚਲੀ ਗਈ, ਕੈਮਰੇ 'ਚ ਮਿੱਟੀ ਦੇਖੋ ਕਿੰਨੀ, ਉਹ ਹੋ ਗੱਡੀ ਧੋਤੀ ਸੀ ਸਾਰੀ ਭਰ ਗਏ। ਆਪਾਂ ਜਾਣਾ ਸੀਗਾ, ਸਾਰੀ ਮਿੱਟੀ ਗੰਦੀ ਹੋ ਗਈ, ਗੱਡੀ ਗੰਦੀ ਹੋ ਗਈ, ਜਿਹੜੇ ਵਧੀਆ ਸੀਗੇ। ਚਲੋ, ਬਹੁਤ ਤੇਜ਼ ਹਨੇਰੀ ਹੈ, ਬਹੁਤ ਤੇਜ਼ ਹਨੇਰਾ ਹੋਇਆ ਪਿਆ ਸਾਰੇ ਪਾਸੇ, ਅੱਖਾਂ 'ਚ ਮਿੱਟੀ ਪੈ ਗਈ। ਆ ਦੇਖੋ ਕਿੰਨੀ ਮਿੱਟੀ, ਹਵਾ ਦੀ ਆਵਾਜ਼ ਕਿੰਨੀ ਆ ਰਹੀ ਹੈ। ਮੰਜੀ ਵੀ ਡਿੱਗਦੀ, ਉਹ ਗੱਡੀ ਆਉਂਦੀ ਵੀ ਨਹੀਂ ਪਤਾ ਲੱਗਦਾ, ਉਹ ਵੀ ਹੌਲੀ ਆਈ ਜਾਂਦਾ ਗੱਡੀ ਵਾਲਾ। ਰੈਡੀ ਕੈਡੀ ਹੁੰਦੇ ਹਾਂ, ਗੋ ਹੁੰਦੇ ਹਾਂ, ਆਪਾਂ ਚੱਲਦੇ ਹਾਂ ਆਪਣੇ ਟੂਰ 'ਤੇ। ਬਾਏ ਬਾਏ। ਉੱਧਰ ਭਾਂਡੇ ਭੁੰਡੇ ਖਿਲਰੀ ਜਾਂਦੇ ਆ ਬਾਬੇ, ਉਹ ਬੱਠਲ ਬੁੱਠਲ ਖਿਲਰੀ ਜਾਂਦੇ ਆ ਗੁਆਂਢੀਆਂ ਦੇ। ਲਓ ਜੀ ਗਾਈਜ਼, ਆਪਾਂ ਹੋ ਗਿਆ ਰੈਡੀ, ਅਤੇ ਆਪਾਂ ਚੱਲੇ ਅੱਜ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਟੂਰ 'ਤੇ। ਜਨਾਬ ਜੀ ਹੋਰੀ ਰੈਡੀ ਹੋ ਕੇ ਸਾਰੇ ਗਏ ਬਾਹਰ, ਸਮਾਨ ਰੱਖ ਰਹੇ ਆ ਗੱਡੀ 'ਚ। ਚਾ ਸਾਬੂ ਪਿੱਛੇ ਆਈ ਸਾਬੂ ਨੇ ਨੂੰ ਛਲਟ ਪਾਈ ਆ ਭਾਈ, ਉਰੇ ਆੜੇ ਵਾਲੀ ਸੰਗ ਗਿਆ ਮੁੰਡਾ ਕੱਟ ਕੁੱਟ ਪਵਾ ਕੇ ਸਾਡਾ। ਅਸੀਂ ਸਾਰੇ ਵਾਈਟ ਵਾਈਟ ਬਣੇ ਹੋਏ ਆ, ਕੱਲੀ ਗੁੰਨੂ ਨੂੰ ਛੱਡ ਗਏ। ਤਿੰਨ ਬੈਗ ਪਾਣੀ ਤਾਂ ਰੱਖ ਲਿਆ ਸੀਗਾ। ਬਹੁਤ ਦੂਰ ਹੈ। ਲਓ ਜੀ, ਆਪਾਂ ਰੈਡੀ ਸ਼ੈਡੀ ਹੋ ਗਿਆ, ਨਿਕਲਦੇ ਹੁਣ ਆਪਦੀ ਮੰਜ਼ਿਲ ਵੱਲ। ਫਾਈਨਲੀ ਉਹ ਦਿਨ ਆ ਹੀ ਗਿਆ, ਕਿੰਨੇ ਦਿਨਾਂ ਦੀ ਵੇਟ 'ਚ ਸੀਗੇ ਜਿਹੜੇ ਦਿਨ ਦੀ, ਅਤੇ ਤੁਸੀਂ ਵੀ ਸਾਡੇ ਨਾਲ ਘੁੰਮਿਓ ਜੀ। ਮਿਲਦੇ ਹਾਂ ਫਿਰ ਤੁਹਾਨੂੰ 4 ਜੂਨ। ਚੱਲ ਪਏ ਲੋ ਜੀ, ਪਹੁੰਚ ਗਏ ਆਪਾਂ ਸਟੇਸ਼ਨ ਤੇ ਲੁਧਿਆਣੇ ਵਾਲੇ।
ਕੀ ਕਹਿੰਦੇ? ਕਿੰਨੀ ਭੀੜ ਆ ਸਾਹਿਬ? ਕਿੱਧਰ ਗਿਆ? ਹਾਂ ਮਾਡਰਨ ਸ਼ਹਿਰ ਆ ਤੇ ਸਟੇਸ਼ਨ ਦੇਖੇ ਭਰਿਆ ਪਿਆ ਲੱਗੀ ਪਈ ਆ। ਚਲੋ 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 ਯਾਤਰੀ ਗਨ ਕਿਰਪਾ ਧਿਆਨ ਦੇ, ਹਮ ਜਾ ਰਹੇ ਹਾਂ, ਟ੍ਰੇਨ ਆਏਗੀ ਇੱਧਰ ਸੇ ਲੁਧਿਆਣਾ ਸੇ ਸਿੱਧਾ, ਥੰਬਨੇਲ ਤੋਂ ਪਤਾ ਲੱਗ ਗਿਆ ਉਹਨਾਂ ਦਾ ਟਾਈਟਲ ਤੋਂ, ਆਪਾਂ ਚੱਲੇ ਹਾਂ ਲੁਧਿਆਣੇ ਤੋਂ ਸਿੱਧਾ ਕਟਰਾ ਵੈਸ਼ਨੋ ਦੇਵੀ ਮਾਤਾ ਦੇ ਮੱਥਾ ਟੇਕਣ, ਅਤੇ ਟ੍ਰੇਨ ਆਪਣੀ ਆਉਣੀ ਆ ਹਜੇ 8:39 ਹੋ ਗਏ, 9:20 'ਤੇ ਟ੍ਰੇਨ ਆਊਗੀ ਆਪਣੀ, ਟ੍ਰੇਨ ਦੀ ਵੇਟ ਕਰ ਰਹੇ ਹਾਂ ਅਸੀਂ, ਅਤੇ ਸੁਪਰ ਫਾਸਟ ਟ੍ਰੇਨ ਆ ਬੰਦੇ ਮਾਤਰਮ ਬੰਦੇ ਭਾਰਤ ਟ੍ਰੇਨ ਮੋਦੀ ਵਾਲੀ, ਉਹ 'ਤੇ ਜਾਵਾਂਗੇ, ਪਹਿਲੀ ਵਾਰੀ ਸਫ਼ਰ ਕਰਾਂਗੇ ਉਹ ਟ੍ਰੇਨ 'ਤੇ, ਬਾਕੀ ਬਾਕੀ ਟ੍ਰੇਨਾਂ 'ਤੇ ਤਾਂ ਸਫ਼ਰ ਕੀਤਾ ਹੋਇਆ, ਜਵਾਕ ਪਹਿਲੀ ਵਾਰੀ ਕਰ ਰਹੇ ਆਪਣੇ ਦੋਵੇਂ ਟ੍ਰੇਨ ਦਾ ਸਫ਼ਰ, ਇੱਥੇ ਆਊਗੀ ਆਪਣੀ ਟ੍ਰੇਨ, ਆਹ ਟ੍ਰੇਨ ਜਾਊਗੀ ਇੱਥੇ ਅਤੇ ਆਊਗੀ ਆਪਣੀ ਟ੍ਰੇਨ ਆਊਗੀ ਪੁੱਤ। ਹੁਣ ਟਾਈਮ ਕਿੰਨਾ ਹੋ ਗਿਆ? 8:57 ਹੋ ਗਏ ਭਾਈ, ਅਤੇ ਦੇਖਦੇ ਹਾਂ ਟ੍ਰੇਨ ਦਾ ਕੀ ਐਕਸਪੀਰੀਅੰਸ ਹੈ ਵਿੱਚ, ਨਵੀਂ ਟ੍ਰੇਨ ਖਾਣ ਪੀਣ ਵਿੱਚ ਆਪਣਾ ਸਾਰਾ ਦੱਸਾਂਗੇ, ਕਿੰਨਾ ਖਰਚਾ ਆਇਆ ਆਪਣਾ ਟ੍ਰੇਨ ਦਾ, ਕਿੰਨਾ ਕੀ ਸੈਰ ਕਰੀ ਜਾਂਦਾ ਸਾਬੂ ਮੇਰੇ ਨਾਲ, ਮੈਡਮ ਹੁਣੀ ਇੱਥੇ ਖੜ੍ਹੇ ਆ ਬੈਠੇ ਆ। ਹਾਂ ਸਾਬੂ ਕਿਵੇਂ ਫੀਲ ਹੁੰਦਾ, ਘੈਂਟ ਮਜ਼ਾ ਆਉਂਦਾ ਕਿਹਦੇ ਵਿੱਚ, ਟ੍ਰੇਨ 'ਚ ਆਊਗਾ ਤੈਨੂੰ ਮਜ਼ਾ ਹੈ? ਕਮਲੇ ਇੰਨੇ ਉਹਦੇ 'ਚ ਉੱਤਰ ਕੇ ਕਿਵੇਂ ਚੜ੍ਹੇਗੀ ਉੱਤਰ, ਗੁੰਨੂ ਕਹਿੰਦੀ ਉਹ ਪਟਰੀ 'ਤੇ ਆਊਗੀ, ਇੱਥੇ ਆਊਗੀ ਇੱਥੇ ਚੜ੍ਹੇਗਾ, ਉੱਥੇ ਕਿਵੇਂ ਜਾ ਕੇ ਚੜ੍ਹੇਗਾ, ਉਹ ਇੱਧਰ ਆ ਜਾਂਦੀ ਹੈ ਉਹ ਪਰਲੇ ਪਾਸੇ, ਉਹ ਦੇਖ ਉਹਦਾ ਵੀ ਉੱਧਰ ਪਲੇਟਫਾਰਮ ਹੈਗਾ। ਨਹੀਂ ਦੇਸ਼ ਦਾ ਤਿਰੰਗਾ ਤਾਂ ਮੈਨੂੰ ਦਿਖਿਆ ਹੀ ਨਹੀਂ, ਘੰਟਾ ਹੋ ਗਿਆ ਇੱਥੇ ਬੈਠੇ ਨੂੰ, ਦੇਸ਼ ਦਾ ਤਿਰੰਗਾ ਨਹੀਂ ਦਿਖਿਆ, ਹੁਣ ਦਿਖਿਆ ਤਾਂ ਮੈਂ ਕਿਹਾ ਵੀਡੀਓ ਬਣਾਉਣੀ ਬਣਦੀ ਹੈ। ਹਾਂ ਸਾਬੂ ਕਹਿੰਦਾ ਆਪਣੇ ਦੇਸ਼ ਕਾ ਪਲਾਗ, ਜੈ ਹਿੰਦ ਜੈ ਭਾਰਤ, ਕਿੰਨਾ ਸੋਹਣਾ ਲੱਗਦਾ ਲਹਿਰਾਉਂਦਾ। ਮੀਂਹ ਪੈਣ ਲੱਗ ਗਿਆ ਵੀ ਦੇਖ ਲਓ, ਉਹ ਸਾਹਮਣੇ ਸੂਰਜ ਦੇਵਤਾ ਜੀ ਕਿੰਨੇ, ਅਤੇ ਇੱਧਰ ਮੀਂਹ ਆ ਗਿਆ, ਇੱਧਰ ਆ ਜਾ ਪੁੱਤ, ਕਿੱਧਰ ਕੋਰਨਰ 'ਤੇ ਜਾਣਾ ਉਹਨਾਂ, ਮੀਂਹ ਆ ਗਿਆ ਭਾਈ ਮੀਂਹ, ਮੌਸਮ ਪਹਿਲਾਂ ਹੀ ਠੰਡਾ ਹੋ ਗਿਆ, ਹਜੇ ਪਹਾੜਾਂ 'ਤੇ ਪਹੁੰਚੇ ਨਹੀਂ ਆਪਾਂ। ਮੀਂਹ ਤੇਜ਼ ਹੋ ਗਿਆ ਬਾਈ, ਮੀਂਹ ਤੇਜ਼ ਹੋ ਗਿਆ ਬਾਬਿਓ, ਮੀਂਹ ਤੇਜ਼ ਹੋ ਗਿਆ, ਟ੍ਰੇਨ ਲੇਟ ਹੋ ਗਈ ਬਾਈ, 11 ਮਿੰਟ ਲੇਟ ਦੇ ਫਰਕ ਨਾਲ ਚੱਲੀ ਜਾਂਦੀ ਹੈ ਟ੍ਰੇਨ, 9:20 'ਤੇ ਆਉਣੀ ਸੀਗੀ, 9:30 ਆਊਗੀ ਟ੍ਰੇਨ ਆਪਣੀ। ਟ੍ਰੇਨ ਆ ਗਈ ਆਪਣੀ, ਉਹ ਆ ਗਈ ਲਓ ਜੀ ਬੰਦੇ ਟ੍ਰੇਨ ਆ ਗਈ, ਸੁਪਰ ਫਾਸਟ ਟ੍ਰੇਨ ਬੰਦੇ ਟ੍ਰੇਨ, ਉੱਥੇ ਆ ਜਾਓ ਸੀ ਦੱਸ। ਟ੍ਰੇਨ ਕਹਿੰਦਾ ਜੀ ਸੋਹਣੀ ਟ੍ਰੇਨ ਆ ਗਈ, ਸੋਹਣੀ ਟ੍ਰੇਨ ਹੈ ਨਾ, ਸੋਹਣੀ ਟ੍ਰੇਨ, ਨੇੜੇ ਆ ਜਾਂਦੋ। ਸਭ ਖੁਸ਼ ਹੋ ਗਿਆ, ਕਿੰਨੇ ਵਜੇ ਆਈ ਆ? 9:37 'ਤੇ, 9:40 'ਤੇ ਗਿਆ ਸੀ ਮੈਂ, ਪਿੱਛੇ ਹੋ ਜਾਓ ਹੁਣ, ਪਿੱਛੇ ਹੋ ਜਾਓ ਥੋੜ੍ਹਾ, ਆ ਗਈ ਗੁੰਨੂ ਟ੍ਰੇਨ ਤੇਰੀ, ਇੱਧਰ ਪਿੱਛੇ ਰੱਖੋ ਇਹਨਾਂ ਨੂੰ, ਇੱਧਰ ਹੋ ਜਾ ਸਾਬੂ, ਲਓ ਜੀ ਉਹ ਆ ਗਈ ਟ੍ਰੇਨ ਆਪਣੀ, ਵਾਓ ਟ੍ਰੇਨ ਕਿਹੜੀ, ਉਹ ਸਾਬੂ ਇੱਧਰ ਕਰ ਹੱਥ, ਓਏ ਇੱਧਰ ਕਰ ਹੱਥ,
ਵਾਹ ਕਿਆ ਬਾਤ ਹੈ, ਕਿਹੜੀ ਸੋਹਣੀ ਟ੍ਰੇਨ ਆ ਗਈ, ਫੁੱਲੀ ਏਸੀ, ਇੰਜੋਏ ਕਰਾਂਗੇ ਸਫ਼ਰ। ਇੱਧਰ ਹੋ ਜਾ, ਪਿੱਛੇ 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 ਰਹੇ। ਜਵਾਕ ਖੁਸ਼ ਹੋ ਗਏ, ਭੱਜ ਲਏ ਜਵਾਕ, ਟ੍ਰੇਨ ਚੜ੍ਹਨਾ ਸੀ, ਡੱਬਾ ਲੱਭ ਰਿਹਾ ਹੁਣ ਆਪਣਾ ਸੀਟ ਸੀਟ ਇਹਨਾਂ। ਕਿਆ ਬਾਤ ਹੈ, ਬਹੁਤ ਸੋਹਣੀ ਟ੍ਰੇਨ ਹੈ, ਬਾਕੀ ਅੱਜ ਸਫ਼ਰ ਕਰਦੇ ਹਾਂ ਆਪਾਂ, ਪਤਾ ਲੱਗੂਗਾ ਸਫ਼ਰ ਕਰਕੇ। ਹੁਣ ਠੰਡੇ ਠੰਡੇ ਹੋਏ ਆ, ਬਾਹਰ ਗਰਮੀ ਸੀਗੀ। ਲਓ ਜੀ ਬੈਠਣ ਸਾਰ 2 ਮਿੰਟ ਰੁਕੀ ਹੈ ਲੁਧਿਆਣਾ ਸਟੇਸ਼ਨ 'ਤੇ, ਅਤੇ ਨਾਲ ਦੀ ਨਾਲ ਸਾਨੂੰ ਬੋਤਲਾਂ ਮਿਲ ਗਈਆਂ 5 ਨੂੰ, ਸਾਡੀ ਜਿੰਨੀ ਸੀਟ ਬੁੱਕ ਸੀਗੀ ਉਹਨਾਂ ਸਾਰਿਆਂ ਨੂੰ 5 ਬੋਤਲਾਂ ਮਿਲ ਗਈਆਂ। ਗੁੰਨੂ ਦੇਖੇ ਖੁਸ਼ ਹੋਈ ਫਿਰਦੀ ਹੈ, ਐਕਸਾਈਟਡ ਹੋਈ ਫਿਰਦੀ ਹੈ। ਵਧੀਆ ਕੰਫਰਟੇਬਲ ਟ੍ਰੇਨ ਆ, ਕੰਫਰਟੇਬਲ ਟ੍ਰੇਨ, ਇਹਦਾ ਢਿੱਡ ਦੁਖੀ ਜਾਂਦਾ। ਆ ਇੱਥੇ ਖੜੇ ਆ ਉਦੋਂ ਦੇ, ਸੈਰ ਸਪਾਟਾ ਕਰੀ ਜਾਂਦੇ, ਘੈਂਟ ਮੋਲ ਆ ਨਾ ਸਾਰੇ, ਕਹਿੰਦੇ ਮੈਂ ਤਾਂ ਉੱਡਦੀ ਲੱਗਦੀ ਇਹਦੇ 'ਚ ਚੱਕਰ ਆਉਣ ਲੱਗ ਗਏ, ਸਾਰੇ ਲੋਕੀ ਫਿਰਦੇ ਆ, ਕੋਈ ਖੜਾ ਕੋਈ ਬੈਠਾ ਕੋਈ ਕੀ ਕਰੀ ਜਾਂਦਾ, ਠੰਡ ਲੱਗਦੀ। ਓਏ ਵਾਹ, ਉਹਦੇ ਵਿਚਕਾਰ ਆਮਣੇ ਸਾਹਮਣੇ ਆ ਜਾਂਦੇ, ਆਮਣੇ ਸਾਹਮਣੇ ਆ ਜਾਂਦੇ। ਆ ਲੋਅਰ ਪਾਉਣੀ ਆ ਕਹਿੰਦਾ। ਲਓ ਜੀ 15 ਮਿੰਟ ਬਾਅਦ ਆ ਗਿਆ ਆਪਣਾ ਨਾਸ਼ਤਾ, ਬ੍ਰੇਕਫਾਸਟ ਆ ਪੁੱਤ, ਬ੍ਰੇਕਫਾਸਟ, ਬ੍ਰੇਕਫਾਸਟ 10 ਵਜੇ, 10 ਵਜੇ ਬ੍ਰੇਕਫਾਸਟ ਆ ਜੀ। ਨਾਲ ਕਟਲੈਟ, ਪਰੌਂਠੇ, ਦਹੀਂ, ਸੈਂਡਵਿਚ, ਸੋਸਿਸ, ਅਚਾਰ, ਮਸਾਲਾ, ਕਟਲੈਟ। ਉਹ ਕਹਿੰਦੇ ਚਾਹ ਪੀਓਗੇ ਜਾਂ ਜੂਸ ਪੀਓਗੇ, ਅਸੀਂ ਕਿਹਾ ਚਾਹ ਅਸੀਂ ਪੀਂਦੇ ਨਹੀਂ, ਜੂਸ ਦੇ ਕੇ ਜਾਣਗੇ। ਬਹੁਤ ਸੋਹਣਾ ਪ੍ਰਬੰਧ ਹੈ ਬਈ ਬੰਦੇ ਟ੍ਰੇਨ 'ਚ, ਐਂਡ ਕੰਮ ਹੋਇਆ ਪਿਆ, ਐਂਡ ਸਹੀ ਆ ਹੁਣ। ਉਹ ਜੂਸਿਸ ਵੀ ਆ ਗਏ, ਥੈਂਕ ਯੂ, ਥੈਂਕ ਯੂ ਸਰ, ਆਹ ਚੀਜ਼ਾਂ ਮਿਲੀਆਂ ਆਪਾਂ ਨੂੰ ਬ੍ਰੇਕਫਾਸਟ। ਸੈਬੂ ਦੇ ਫੇਵਰੇਟ ਆਲੂ ਦੇ ਪਰੌਂਠੇ ਮਿਲ ਗਏ ਬੰਦੇ ਬਾਰ ਦੇ ਚ, ਹੈ ਸੈਬੂ ਠੀਕ ਹੈ ਢਿੱਡ, ਹੁਣ ਸਜਾਉਂਗਾ ਕਹਿੰਦਾ ਪਹਿਲਾਂ। ਲਓ ਜੀ ਹੁਣ ਤੁਹਾਨੂੰ ਟੇਸਟ ਕਰਕੇ ਦੱਸਦੇ ਹਾਂ ਟ੍ਰੇਨ ਦਾ ਨਾਸ਼ਤਾ ਕਿਵੇਂ ਹੈ, ਕਿਵੇਂ ਓਕੇ ਟੇਸਟੀ ਗੁੰਨੂ, ਬਟ ਅਸੀਂ ਦੱਸਦੇ ਹਾਂ ਕਿਵੇਂ ਹੈ। ਵੰਦੇ ਭਾਰਤ ਐਕਸਪ੍ਰੈਸ ਵੈਲਕਮ ਯੂ, ਆਪਕਾ ਸਵਾਗਤ ਕਰਦਾ ਹੈ, ਇੰਡੀਅਨ ਰੇਲਵੇ ਟੂਰਿਜ਼ਮ। ਮਦਰ ਡੇਰੀ ਦੀ ਦਹੀਂ ਦਿੱਤੀ ਹੈ, ਵੀ ਨੈਚੁਰਲ ਦਾ ਜੂਸ ਮਿਲਿਆ ਆਪਾਂ ਨੂੰ, ਖਾਣਾ ਛਕ ਲਿਆ, ਕਿਵੇਂ ਰਿਹਾ ਪਰੌਂਠੇ, ਪਰੌਂਠੇ ਵਧੀਆ ਸੀ, ਪਰੌਂਠੇ ਅਚਾਰ ਤੇ ਦਹੀਂ ਨਾਲ ਵਧੀਆ ਲੱਗੇ,
ਇੰਨਾ ਕੁਛ ਬਚ ਗਿਆ ਸਾਡੇ ਕੋਲ, ਜੇ ਦਹੀਂ ਵੀ ਪਿਆ, ਸੈਂਡਵਿਚ ਵੀ ਦੋ ਪਏ ਆ, ਕਟਲੈਟ ਵਗੈਰਾ ਵੀ ਪਏ ਆ, ਜ਼ਿਆਦਾ ਨਹੀਂ ਖਾਧਾ ਗਿਆ। ਗੁੱਡ ਨਾਈਟ। ਸਾਡੇ ਵਾਲੇ ਦੇਖ ਲਓ ਸੀਟਾਂ ਬਦਲਣੀਆਂ, ਮਾਮੂ ਨਾਲ ਲੁੱਡੋ ਖੇਡਣ ਲੱਗੇ ਪਿੱਛੇ। ਉਹ ਦੇਖ ਲਓ ਹਾਲ ਦੇਖ ਲਓ। ਮੈਂ ਕਿਹਾ ਥੋੜ੍ਹਾ ਚਿਰ ਰੈਸਟ ਕਰ ਲਓ, ਸੋ ਜਾਓ। ਕਹਿੰਦੇ ਸਾਨੂੰ ਨੀਂਦ ਨਹੀਂ ਆਈ। ਸਹੀ ਹੈ, ਤਿੰਨ ਸੀਟਾਂ 'ਚ ਅਸੀਂ ਤਿੰਨੋਂ ਬਹਿ ਕੇ ਲੁੱਡੋ ਖੇਡਦੇ। ਦੇਖੀ ਜਾਂਦੀ ਹੁਣ ਕੌਣ ਜਿੱਤਦਾ। ਕੌਣ ਜਿੱਤਿਆ ਗੇਮ 'ਚ? ਗੇਮ 'ਚ ਕੌਣ ਜਿੱਤਿਆ? ਲੁੱਡੋ 'ਚ ਫਸਟ ਮੈਂ, ਫਸਟ ਮਾਮੂ ਸੈਕਿੰਡ ਮੈਂ। ਗੁੰਨੂ ਹਾਰ ਗਈ। ਗੁੰਨੂ ਦੇ ਕੰਦਰ ਤਿੰਨ ਵਾਰ। ਚੱਲ ਹੁਣ ਗੁੰਨੂ ਕਿੱਧਰ ਗਈ? ਉਹ ਖੜੀ ਉੱਥੇ ਕਿਸੇ ਨਾਲ ਗੱਲਾਂ ਮਾਰੀ ਜਾਂਦੀ ਆ, ਉਹ ਉੱਥੇ ਵਾਸ਼ਰੂਮ ਜਾਣਾ ਨੇ, ਉਹ ਖੜੀ। ਉਹ ਆ ਗਈ। ਇੱਕ ਹੀ ਆ ਉੱਥੇ ਮੁੰਡੇ ਕੁੜੀਆਂ ਦਾ, ਇੱਕੋ ਜਿਹਾ, ਜਿਹੜਾ ਮਰਜ਼ੀ ਵੜ ਜਾ। ਜਾਣਾ ਤੂੰ ਮਰਜ਼ੀ? ਦੇਖੋ ਨੀਂਦ ਪੂਰੀ ਕਰ ਰਹੇ ਆ, ਰਾਤ ਸੁੱਤੇ ਨੀ। ਕੀ ਕਰਦਾ ਸੀ ਤੂੰ? ਕਿਵੇਂ ਆਉਂਦਾ ਟ੍ਰੇਨ 'ਚ ਮਜ਼ਾ ਆਉਂਦਾ? ਜਾਏ ਵਾਰੀ ਨੀ ਆਈ, ਭੀੜ ਸਾਰੇ ਕਿਤੇ ਹੋਊਗੀ ਹੁਣ। ਗੁੰਮ ਜਾਏਗੀ? ਨਹੀਂ ਗੁੰਮਦੀ, ਮੈਨੂੰ ਡੱਬਾ ਪਤਾ, ਤੁਹਾਡੀਆਂ ਸ਼ਕਲਾਂ ਪਤਾ। ਹਾਂ ਇਹਨੂੰ ਵੀ ਲੈ ਜਾ। ਉਹਨੇ ਨਹੀਂ ਜਾਣਾ, ਇੱਥੇ ਹੀ ਵੇਟ ਕਰ ਲਾ ਇੱਥੇ। ਗੇੜਾ ਲਾਉਣ ਜਾਣਾ ਇਹ ਹੋ ਜਾਂਦੀ ਜੇ ਨਹੀਂ ਲੜਦੀ ਜਮਾਂ ਵੀ। ਅਸੀਂ ਪਹਿਲਾਂ ਵੀ ਗਏ ਸੀ, ਸਾਰੀ ਟ੍ਰੇਨ ਘੁੰਮ ਕੇ ਆਏ ਸੀ। ਕਿਵੇਂ ਲੱਗਿਆ ਫਿਰ ਤੈਨੂੰ ਟ੍ਰੇਨ ਦਾ ਸਫ਼ਰ? ਵਧੀਆ ਲੱਗਿਆ? ਇਹਨੂੰ ਚੱਲ ਪਈ ਟ੍ਰੇਨ ਚੱਲ ਪਈ ਟ੍ਰੇਨ ਕਿੱਥੇ ਚੱਲੇ ਆ ਫਿਰ ਆਪਾਂ? ਅਗਲਾ ਸਟਾਪ ਕਿਹੜਾ? ਨੈਕਸਟ ਸਟਾਪ ਉੱਥੇ ਪਹੁੰਚ ਕੇ ਦੱਸਾਂਗੇ।
ਨੈਕਸਟ ਸਟਾਪ ਆਪਣਾ ਜੰਮੂ 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 ਹਾਂ ਜੰਮੂ ਕਸ਼ਮੀਰ ਫਿਰ ਉਸ ਤੋਂ ਬਾਅਦ ਆਪਾਂ ਸਿੱਧਾ ਜਾਵਾਂਗੇ ਉਹ ਤੁਹਾਨੂੰ ਦੱਸਾਂਗੇ ਸਾਰੇ ਜਾਣੇ ਤੁਰੇ ਫਿਰਦੇ ਆ ਟ੍ਰੇਨ 'ਚ ਕੋਈ ਨਹੀਂ ਟੇਕੇ ਬਹਿੰਦਾ ਇਹਨਾਂ ਦੀ ਹੋ ਗਈ ਹੁਣ ਲੇਜ਼ ਪਾਰਟੀ ਸਟਾਰਟ ਹੁਣ ਇਹਨਾਂ ਲੇਜ਼ ਖਾਣੇ ਇਹਨਾਂ ਨੂੰ ਭੁੱਖ ਲੱਗੀ ਆ ਜੀ ਦੇਖ ਲਓ ਦੇਖ ਲਓ ਬਸ ਬਸ ਜਨਾਬ ਜੀ ਵੀ ਉੱਠ ਗਏ ਵੋਟਾਂ ਦੇ ਵੋਟਾਂ ਦਾ ਵੀ ਰਿਜ਼ਲਟ ਆ ਰਿਹਾ ਉਹ ਦੇਖੋ ਦਰਖਤ ਫਿਰ ਦਰਖਤਾਂ 'ਚ ਬਸ ਇੱਥੇ ਦਰਖਤਾਂ 'ਚ ਘੁੰਮੀ ਜਾਵਾਂਗੇ ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ 1 ਵਜ ਗਿਆ ਦੁਪਹਿਰ ਦਾ 1 ਤੇ ਬ੍ਰੇਕਫਾਸਟ ਉਹ ਆ ਗਿਆ ਆਪਣਾ ਲੰਚ ਆ ਗਿਆ ਦੁਪਹਿਰ ਦਾ ਵੀ ਲੰਚ ਆਪਾਂ ਨੂੰ ਟ੍ਰੇਨ 'ਚ ਮਿਲ ਗਿਆ ਦਿਖਾਓ ਕੀ ਕੁਛ ਹੋ ਲਓ ਕਹਿੰਦੇ ਪਕੌੜੇ ਸਬਜ਼ੀ ਹੈ ਕਮਲਗੇ ਆਲੂ ਹੈ ਗੁੱਲੂ ਆਲੂਆਂ ਦੀ ਸਬਜ਼ੀ ਹੈ ਲਓ ਜੀ ਰਾਈਸ ਪਨੀਰ ਦਾਲ ਤੇ ਜੰਮੂ ਵੀ ਪਹੁੰਚ ਗਏ ਆਪਾਂ ਲਓ ਜੀ ਸਾਰੇ ਬ੍ਰੇਕਫਾਸਟ ਲੰਚ ਕਰੀ ਜਾਂਦੇ ਆ ਤੇ ਲੰਚ ਕਰਦੇ ਕਰਦੇ ਅਸੀਂ ਜੰਮੂ ਪਹੁੰਚ ਗਏ ਥੱਲੇ ਨੂੰ ਉਤਰਦੇ ਆਪਾਂ 2 ਮਿੰਟ ਹੀ ਰੁਕਦੀ ਆ ਸਟੇਸ਼ਨ ਟ੍ਰੇਨ ਬਿਲਕੁਲ 2 ਮਿੰਟ ਚ ਰੁਕਦੀ ਆ ਤੇ ਖਾਣਾ ਦੇਖੋ ਕੋਲੀ ਸਾਡੀ ਲੰਚ ਤਿਆਰ ਹੋ ਰਿਹਾ ਲੰਚ ਸਾਰੇ ਅੱਡ ਅੱਡ ਹੋ ਕੇ ਬਹਿ ਗਏ ਪੰਜੇ ਅੱਡ ਅੱਡ ਬੈਠੇ ਹਾਂ ਅਸੀਂ ਲਓ ਜੀ ਸੁਰੰਗ ਆ ਗਈ ਸੁਰੰਗ ਆ ਗਈ ਗੁਫਾ ਹਨੇਰਾ ਹਨੇਰਾ ਹੋ ਗਿਆ ਹਨੇਰਾ ਹੋ ਗਿਆ ਗੁਫਾ ਆ ਗਈ ਗੁਫਾ ਗੁਫਾ ਕਿੱਡੀ ਵੱਡੀ ਹੈ ਹਨਾ ਲੰਬਾ ਹੋ ਗਿਆ ਚਾਨਣ ਹੋ ਗਿਆ ਨਾ ਉਹ ਦੇਖੋ ਪਹਾੜ ਆ ਗਏ ਉੱਧਰ ਦੇਖੋ ਕਿੱਡਾ ਵਧੀਆ ਮੰਦਰ ਬਣਿਆ ਹੋਇਆ ਕਿੱਡਾ ਸੋਹਣਾ ਬਹੁਤ ਸੋਹਣੇ ਕੀ ਆ ਗਿਆ ਟਨਲ ਟਨਲ ਫਿਰ ਟਨਲ ਆ ਗਈ ਉਹ ਆ ਗਈ ਉਹ ਉਹਦੇ ਸਾਹਮਣੇ ਮੰਦਰ ਬਣਿਆ ਹੋਇਆ ਕੁਝ ਕਿੱਡਾ ਸੋਹਣਾ ਪਿੰਡ ਆ ਗਿਆ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਇਹੋ ਜਿਹੇ ਵਿਊ ਨੂੰ ਤਰਸਦੇ ਆਪਾਂ ਕਿੱਡਾ ਸੋਹਣਾ ਵਿਊ ਹੈ ਉਹ ਦੇਖੋ ਘਰਾਂ ਦੇ ਬਾਹਰ ਕੀ
ਸ਼ਿਵ ਨੂੰ ਕੀ ਆ ਗਿਆ? ਆਈਸਕ੍ਰੀਮ ਵੀ ਆ ਗਈ ਜੋਕਰ। ਇਹ ਆਪਾਂ ਨੂੰ ਟਿਕਟ ਦੇ ਵਿੱਚ ਹੀ ਕਰਾਉਣਾ ਹੀ ਪੈਂਦੀ ਹੈ। ਜਦੋਂ ਆਪਾਂ ਟਿਕਟ ਕਰਾਉਂਦੇ ਹਾਂ ਆਪਾਂ ਖਾਣਾ ਵੀ ਵਿੱਚ ਕਰਾ ਸਕਦੇ ਹਾਂ। ਜਿਹਨੇ ਖਾਣਾ ਨਹੀਂ ਕਰਾਉਣਾ ਉਹੀ ਟਿਕਟ ਆਪਾਂ ਨੂੰ ਸਸਤੀ ਪੈ ਜਾਂਦੀ ਹੈ। ਬ੍ਰੇਕਫਾਸਟ ਲੰਚ ਹੋ ਗਿਆ ਅਤੇ ਵਿੱਚ ਆਪਾਂ ਨੂੰ ਆਈਸਕ੍ਰੀਮ ਮਿਲ ਗਈ। ਦੇਖੋ ਕਿੰਨੇ ਸੋਹਣੇ ਟ੍ਰੀਜ਼ ਨੇ, ਕਿੰਨੇ ਸੋਹਣੇ ਸੋਹਣੇ। ਉਹ ਦੇਖੋ ਕਿੱਡੇ ਸੋਹਣੇ ਪਹਾੜ ਬਣਾਏ, ਸ਼ੇਪ ਦੇ ਰੱਖੀ ਆ ਪੂਰੀ ਉਹਨਾਂ ਨੇ। ਬਦਲ ਜਮਾਂ ਨੇੜੇ ਆ ਗਏ, ਫੜ ਲਓ ਜਾ ਕੇ। ਹੁਣ ਤਾਂ ਅਸੀਂ ਨੇੜੇ ਪਹੁੰਚ ਗਏ, ਜਮਾਂ ਹੀ ਨੇੜੇ ਪਹੁੰਚ ਗਏ ਆਪਦੀ ਮੰਜ਼ਿਲ ਤੇ। ਬਹੁਤ ਸੋਹਣੇ ਵਿਊ ਆ ਰਹੇ ਆ। ਟਨਲ ਆ ਗਈ, ਇੱਕ ਹੋਰ ਟਨਲ। ਹਨੇਰਾ ਹੋ ਗਿਆ ਬਾਹਰ। ਆਈਸਕ੍ਰੀਮ ਆਈਸਕ੍ਰੀਮ ਆਈਸਕ੍ਰੀਮ। ਮੋਬਾਈਲ ਪਿਆ ਪਿੱਛੇ। ਆਈਸਕ੍ਰੀਮ ਖਤਮ ਖਤਮ ਹੋ ਗਈ, ਖਤਮ ਖਤਮ ਹੋ ਗਈ, ਖਤਮ ਹੋ ਗਈ। ਹੋਰ ਲੈ ਕੇ ਆਓ। ਟਨਲ ਵੀ ਖਤਮ ਹੋ ਗਈ, ਟਨਲ ਇੱਕ ਹੋਰ ਆ ਗਈ, ਟਨਲ ਫੇਰ ਆ ਗਈ। ਕਿੰਨੀਆਂ ਛੋਟੀਆਂ ਛੋਟੀਆਂ ਟਨਲਸ ਨੇ ਤੇ ਸੋਹਣੀਆਂ ਸੋਹਣੀਆਂ ਟਨਲਸ। ਗਾਇਸ ਆਈਸਕ੍ਰੀਮ ਲੈ ਕੇ ਆ ਰਹੇ ਅੰਕਲ ਹਜੇ। ਪਹਿਲਾਂ ਤਾਂ ਜਵਾਕ ਭੱਜ ਕੇ ਅੱਗੇ ਆਏ ਸੀ, ਉਦੋਂ ਆਈਸਕ੍ਰੀਮ ਡੱਬਾ ਹੀ ਖਤਮ ਹੋ ਗਿਆ ਸੀਗਾ। ਹੁਣ ਹੋਰ ਬਾਈ ਹੋਰ ਲੈ ਕੇ ਆਇਆ, ਜਿਹਨਾਂ ਜਿਹਨਾਂ ਦਾ ਪੰਜ ਜਾਣੇ ਆਪਣੇ। ਬਟਰ ਸਕੋਚ ਹੈ, ਬੰਦੇ ਤੁਰੇ ਜਾਂਦੇ ਨਿੱਕੇ ਨਿੱਕੇ ਲੱਗਦੇ ਆ, ਚੂਚੇ ਚੂਚੇ ਚ। ਇੱਕ ਹੀ ਮੰਦਰ ਆ, ਪਹਾੜ ਬਹੁਤ ਉੱਚੇ ਆ, ਬਹੁਤ ਉੱਚਾਈ ਤੇ ਜਾ ਰਹੇ ਹਾਂ ਅਸੀਂ, ਬਾਕੀ ਚੀਜ਼ਾਂ ਨੀ ਥੱਲੇ ਹੀ ਰਹਿ ਗਈਆਂ। ਸ਼ੈਂਪੂ ਜੀ ਹਜੇ ਤੱਕ ਆਈਸਕ੍ਰੀਮ ਨਹੀਂ ਖਾਧੀ ਗਈ, ਮੇਰੀ ਵੀ ਲੈ ਕੇ ਬਹਿ ਗਿਆ। ਲਓ ਜੀ ਆਪਾਂ ਪਹੁੰਚਣ ਹੀ ਵਾਲੇ ਹਾਂ ਆਪਦੇ ਸਟੋਪ 'ਤੇ। 10 ਕਿਲੋਮੀਟਰ ਰਹਿ ਗਿਆ, ਬੈਗ ਆਪਾਂ ਉਤਾਰ ਲਏ, ਪੈਕ ਕਰ ਲਏ। ਗੁਨੂ ਤੇ ਸਾਹਿਬ ਗਏ ਹੋਏ ਆ ਵਾਸ਼ਰੂਮ। ਫੋਨ ਮੇਰਾ ਚਾਰਜਿੰਗ 'ਤੇ ਲੱਗਿਆ ਹੋਇਆ ਥੱਲੇ, ਉਹਦੇ ਕੋਲ ਚਾਰਜਿੰਗ ਵੀ ਕਰ ਸਕਦੇ ਹੋ ਤੁਸੀਂ, ਚਾਰਜਿੰਗ ਦੀ ਸੁਵਿਧਾ ਵੀ ਹੈਗੀ ਆ। ਸਾਰੇ ਜਣੇ ਅੱਡ ਅੱਡ ਬੈਠੇ ਆ ਜਨਾਬ ਜੀ, ਉਹ ਜਾ ਕੇ ਪੈ ਗਏ, ਸੀਟਾਂ ਖਾਲੀ ਸੀਗੀਆਂ, ਰੈਸਟ 'ਤੇ ਹੀ ਆਏ ਅੱਜ ਦਾ। ਅਤੇ ਬੰਦੇ ਭਾਰਤ ਟ੍ਰੇਨ ਦਾ ਸਾਡਾ ਲੁਧਿਆਣੇ ਤੋਂ ਲਾਸਟ ਸਟੋਪ ਤੱਕ ਦਾ ਸਫ਼ਰ ਬਹੁਤ ਵਧੀਆ ਰਿਹਾ, ਬੈਸਟ। ਤੁਸੀਂ ਸਾਰੇ ਜਣੇ ਕਰ ਸਕਦੇ ਹੋ।
ਬਹੁਤ ਵਧੀਆ, ਬਹੁਤ ਆਰਾਮਦਾਇਕ ਤੇ ਬਹੁਤ ਵਧੀਆ ਸਫ਼ਰ ਸੀਗਾ। ਜਾਏ ਵਾਸ਼ਰੂਮ, ਚਲੋ ਸਾਰੇ ਜਾਣੇ ਖੜੇ ਹੋਣ ਲੱਗ ਗਏ, ਸਾਰੇ ਸਵਾਰੀਆਂ। ਵਾਓ, ਇਹ ਤੋਂ ਕੇ ਪੈਰ ਪੈਰ ਬਾਬਾ, ਜੰਨਤੀ ਜੰਨਤ ਜੰਨਤੀ ਜੰਨਤ। ਉਹ ਵੇਖੋ ਸ਼ੈੱਡ ਲੱਗੇ ਹੋਏ ਨਾ ਬਲੂ ਬਲੂ ਜੇ, ਉਹ ਸਾਰਾ ਰਸਤਾ ਕਵਰ ਕਰਨਾ ਹੈ। ਸ਼ੈੱਡ ਲੱਗੇ ਹੋਏ ਆ ਸ਼ੈੱਡ। ਦੋ ਛਿਆਲੀ ਹੋ ਗਏ, 9:40 ਦੀ ਟ੍ਰੇਨ ਤੁਰੀ ਸੀਗੀ ਲੁਧਿਆਣੇ ਤੋਂ, ਅਤੇ ਆਪਾਂ ਪਹੁੰਚ ਗਏ ਭਾਈ ਪਹਾੜਾਂ ਪਹਾੜਾਂ ਦੀ ਕਟਰਾ ਪਹੁੰਚ ਗਏ, ਪਹਾੜਾਂ ਦੀ ਰਾਣੀ ਮਾਤਾ ਵੈਸ਼ਨੋ ਦੇਵੀ ਦੇ। ਆਹ ਟ੍ਰੇਨ ਸੀ ਆਪਣੀ, ਵਾਹ ਬਹੁਤ ਸੋਹਣੀ ਟ੍ਰੇਨ ਸੀ, ਕੰਫਰਟੇਬਲ ਟ੍ਰੇਨ, ਮਜ਼ੇ ਨਾਲ ਆਏ ਸਾਰੀ ਟ੍ਰੇਨ, ਵੈਸ਼ਨੋ ਦੇਵੀ ਜਾਣ ਵਾਲੇ ਆ। ਹੁਣ ਹੋਟਲ ਬੁੱਕ ਕਰਾਇਆ ਹੋਇਆ ਆਪਾਂ ਪਹਿਲਾਂ ਹੀ, ਅਤੇ ਉੱਧਰ ਚੱਲਦੇ ਹਾਂ, ਆਪਣੇ ਸਬਸਕ੍ਰਾਈਬਰ ਨੇ ਕਰਾਤਾ ਸੀ ਬੁੱਕ। ਆ ਜਾਓ, ਕਿੱਧਰ ਰਹਿ ਗਏ? ਚਲੋ ਜੀ, ਮਾਂ ਦੇ ਦਰਬਾਰ ਪਹੁੰਚ ਗਏ, ਰੈਸਟ ਕਰਕੇ ਫਿਰ ਮੱਥਾ ਟੇਕ ਕੇ ਜਾਵਾਂਗੇ। ਹੁਣ ਲੈਂਦੇ ਆਪਾਂ ਸਿਮ, ਕਿਆ ਬਾਤ ਹੈ, ਕਟਰਾ ਪਹੁੰਚ ਤੇ ਦੇਸ਼ ਦਾ ਤਿਰੰਗਾ ਦੇਖ ਗਿਆ ਆਪਾਂ ਨੂੰ, ਕਿਆ ਬਾਤ, ਕਿੱਡਾ ਸੋਹਣਾ ਲੱਗਦਾ। ਆ ਜਾਓ ਇੱਧਰ, ਸਿਮ ਦੇਖੀਏ, ਬਹੁਤ ਸੋਹਣਾ ਸਟੇਸ਼ਨ ਸੀਗਾ, ਨੀਟ ਐਂਡ ਕਲੀਨ ਸੀਗਾ, ਸਾਫ਼ ਸੁਥਰਾ। ਅੱਜ ਕਹਿੰਦੇ ਪਹੁੰਚ ਗਏ, ਐਨਰਜੀ ਆ ਗਈ, ਜਿਹੜੀ ਐਨਰਜੀ ਡਾਊਨ ਹੋਈ ਪਈ ਸੀ ਨਾ, ਉਹ ਐਨਰਜੀ ਐਂ ਬਣ ਗਈ, ਐਂ ਹੈਨਾ ਬਈ, ਐਨਰਜੀ ਐਂ ਬਣ ਗਈ। ਸਾਬਤ ਹੈ ਕਿਵੇਂ ਖੁਸ਼ ਹੋਇਆ ਫਿਰਦਾ? ਉਹ ਸੀ ਸਾਹਮਣੇ, ਉਹ ਉੱਥੇ ਜਾਣਾ ਹੈ ਇੰਨੀ ਉੱਪਰ। ਸਟੇਸ਼ਨ ਦੇ ਬਾਹਰ ਨਿਕਲਦੇ ਸਾਰ ਹੀ ਆਪਾਂ ਨੂੰ ਬਾਹਰ ਹੀ ਸਿਮ ਮਿਲ ਗਿਆ, ਉਹ ਬੈਠੇ ਮੈਡਮ ਹੋਣੀ, ਸਿਮ ਲੈ ਲਿਆ ਆਪਾਂ, ਸਿਮ ਚਲਾਈ ਜਾਂਦੇ ਹਾਂ ਅਤੇ ਫਿਰ ਘਰੇ ਫੋਨ ਕਰਦੇ ਹਾਂ ਮਾਤਾ ਨੂੰ ਕਿ ਪਹੁੰਚ ਗਏ, ਅਤੇ ਹੋਟਲ ਵਾਲਿਆਂ ਨੂੰ ਵੀ ਫੋਨ ਕਰਦੇ ਆਪਾਂ ਲੈ ਜਾਣਗੇ ਇੱਥੋਂ। ਲਓ ਜੀ ਬੈਠੇ ਜਵਾਕ ਪਿੱਛੇ, ਚਲੋ ਜੀ ਹੋਟਲ ਦਾ ਡਨ ਹੋ ਗਿਆ ਆਪਣਾ, ਸਟੈਚੂ ਬਾਈ ਲੈ ਕੇ ਆਉਂਦਾ। ਸਾਡਾ ਸ਼ੁਕਰੀਆ ਸਾਡੇ ਦਿਵਾਂਸ਼ੂ ਜੀ ਦਾ ਜਲੰਧਰ ਤੋਂ, ਉਹਨਾਂ ਨੇ ਸਾਡੇ ਲਈ ਹੋਟਲ ਬੁੱਕ ਕਰਾਤਾ ਸੀਗਾ। ਹੁਣ ਚੱਲੇ ਆਪਾਂ ਰੂਮ 'ਚ, ਪੌੜੀਆਂ ਤਾਂ ਰੱਖੀਆਂ ਕਿ ਤੁਸੀਂ ਚੜ੍ਹਨਾ ਸਿੱਖ ਜਾਓਗੇ ਜਵਾਕੋ, ਤਾਂ ਕਰਕੇ ਤੀਜੀ ਮੰਜ਼ਿਲ ਲਿੱਤੀ ਆਪਾਂ, ਤਾਂ ਕਰਕੇ ਥਰਡ ਫਲੋਰ 'ਤੇ ਹੋਟਲ ਲਿੱਤਾ ਆਪਾਂ, ਹੋਟਲ ਨਹੀਂ ਕਮਰਾ। ਕਿੰਨਾ ਨੰਬਰ ਹੈ ਗੁਨੋ? 2।
ਚਲੋ ਚਲੋ ਵਾਈਫਾਈ ਹੈਗਾ ਇੱਥੇ ਓਏ, ਫਿਰ ਤਾਂ ਆਪਾਂ ਮੌਜਾਂ ਹੀ ਲੱਗ ਜਾਣੀਆਂ। ਵਲੌਗ ਪਾ ਦਾਂਗੇ ਭਾਈ ਅਸੀਂ ਤਾਂ ਫਿਰ। ਲਓ ਜੀ ਰੂਮ ਟੂਰ ਕਰਾ ਦਈਏ। ਆਹ ਦੋ ਬੈੱਡ ਲੱਗੇ, ਆਹ ਸ਼ੀਸ਼ਾ ਲੱਗਿਆ, ਟੀ ਵੀ ਲੱਗਿਆ, ਬਾਰੀ ਆ ਗਈ, ਅਲਮਾਰੀ, ਇੱਧਰ ਬਾਲਕੋਨੀ ਆ ਗਈ, ਆਪਾਂ ਨੂੰ ਛੋਟੀ ਜਿਹੀ ਬਾਲਕੋਨੀ ਦਿੱਤੀ ਹੈ, ਛੋਟੀ ਜਿਹੀ ਬਾਲਕੋਨੀ ਦਿੱਤੀ ਹੈ, ਅਤੇ ਵਾਸ਼ਰੂਮ। ਆਹ ਗੈਸਟ ਵਾਸਤੇ, ਜਿਹੜੇ ਗੈਸਟ ਆਉਣਗੇ ਸਾਡੇ ਕੋਲ ਉਹਨਾਂ ਨੂੰ ਬਿਠਾਉਣ ਵਾਸਤੇ। ਅਤੇ ਆਹ ਆਪਣਾ ਵਾਸ਼ਰੂਮ ਹੋ ਗਿਆ, ਨੀਟ ਐਂਡ ਕਲੀਨ, ਸੋਹਣਾ ਸੁਨੱਖਾ ਵਾਸ਼ਰੂਮ ਹੈ ਭਾਈ। ਓਕੇ ਕੈਂਪਰ ਦਿੱਤਾ ਉਹਨਾਂ ਨੇ ਪਾਣੀ ਦਾ। ਗੈਸਟ ਆ ਕੇ ਬਹਿ ਵੀ ਗਏ ਸਾਡੇ ਸੋਫਿਆਂ ਤੇ। ਗਾਈਜ਼ ਇਹ ਵਾਲੀ ਟ੍ਰੇਨ ਦਾ ਤੁਹਾਨੂੰ ਦੱਸਣਾ ਭੁੱਲ ਗਿਆ ਸੀ, ਟਿਕਟਸ ਹੈਗੀਆਂ ਸੀਗੀਆਂ ਵਿਦ ਫੂਡ 1300 ਰੁਪਏ ਪਰ ਪਰਸਨ ਟਿਕਟ ਪਈ ਹੈ ਇਹਦੀ, ਅਤੇ ਤੁਸੀਂ ਬਿਨਾਂ ਫੂਡ ਤੋਂ ਵੀ ਕਰਾ ਸਕਦੇ ਹੋ, ਤੁਹਾਨੂੰ ਸਸਤੀ ਪੈ ਜੂਗੀ, ਪਰ ਫੂਡ ਲੈ ਕੇ ਵਧੀਆ ਫਿਰ ਬੰਦੇ ਨੂੰ ਭਾਰ ਭੂਰ ਨਹੀਂ ਚੱਕਣਾ ਪੈਂਦਾ, ਸੌਖਾ ਸਫ਼ਰ ਹੋ ਜਾਂਦਾ। ਅਤੇ ਫੁੱਲੀ ਏ ਸੀ ਸੀ, ਪੂਰਾ ਗਰਮੀ ਨਹੀਂ ਲੱਗੀ, ਅਤੇ ਫੂਡ ਦੀ ਕੁਆਲਿਟੀ ਵੀ ਵਧੀਆ ਸੀ। ਹੋਰ ਕੀ ਰਹਿ ਗਿਆ, 1300 ਰੁਪਏ ਪਰ ਪਰਸਨ ਟਿਕਟ ਆ। ਓਕੇ ਜਿਹਦੇ ਵਿੱਚ ਤੁਹਾਨੂੰ ਬ੍ਰੇਕਫਾਸਟ ਅਤੇ ਲੰਚ ਮਿਲੂਗਾ, ਬਾਕੀ ਤੁਹਾਡਾ ਟਾਈਮ ਡਿਪੈਂਡ ਕਰਦਾ ਸੀ। ਲੁਧਿਆਣੇ ਤੋਂ ਸਿੱਧਾ ਕਟਰਾ, ਲੁਧਿਆਣੇ ਤੋਂ ਚੱਲੀ ਹੈ 9:30 ਚੱਲੀ ਸੀਗੀ, ਅਤੇ 2:30 ਵਜੇ ਕਟਰਾ ਪਹੁੰਚ ਗਈ, 5 ਘੰਟਿਆਂ 'ਚ। ਇੱਥੇ ਸਟੇਸ਼ਨ ਦੇ ਉੱਤਰਦੇ ਸਾਰ ਸਾਨੂੰ ਸਾਹਮਣੇ, ਅਤੇ ਨਾਲ ਦੀ ਨਾਲ ਆਪਾਂ ਇੱਥੇ ਆ ਕੇ ਸਿੰਮ ਲੈ ਲਿਆ। ਆਪਣੇ ਸਿੰਮ ਤਾਂ ਪਠਾਨਕੋਟ ਤੋਂ ਬਾਅਦ ਬੰਦ ਹੋ ਗਏ ਸੀਗੇ, ਅਤੇ ਪਰ ਜੇ ਤੁਸੀਂ ਉੱਧਰੋਂ ਸਿੰਮ ਲੈ ਕੇ ਆਉਣਾ ਫਿਰ ਤੁਸੀਂ ਪੋਸਟ ਗਾਰਡ ਕਰਾ ਕੇ ਲੈ ਸਕਦੇ ਹਾਂ, ਉਹ ਤੁਹਾਡਾ ਸਿੰਮ ਚੱਲਦਾ ਰਹੂਗਾ, ਉਹ ਬੰਦ ਨਹੀਂ ਹੁੰਦਾ। ਬਾਕੀ ਜੇ ਤੁਸੀਂ ਇੱਥੋਂ ਆ ਕੇ ਲੈਣਾ ਚਾਹੁੰਦੇ ਇੱਥੇ ਵੀ ਮਿਲ ਜਾਂਦਾ ਗਾ, ਅਲੱਗ ਅਲੱਗ 300-400 ਰੁਪਏ ਦਾ ਸਿੰਮ ਮਿਲ ਜਾਂਦਾ ਗਾ ਈਜ਼ੀਲੀ, ਅਤੇ ਅਨਲਿਮਿਟਡ ਡਾਟਾ ਚੱਲਦਾ, ਕਿਵੇਂ ਅਨਲਿਮਿਟਡ ਡਾਟਾ ਮਿਲਦਾ 400 'ਚ, ਹਾਂ ਨਾਲ ਦੀ ਨਾਲ ਹੀ ਚੱਲ ਪੈਂਦਾ, ਨਾਲ ਦੀ ਨਾਲ ਚੱਲ ਪਿਆ ਸੀਗਾ। ਅਤੇ ਹੋਟਲ ਸਾਡਾ ਪਹਿਲਾਂ ਤੋਂ ਬੁੱਕ ਸੀਗਾ, ਦਿਵਾਂਸ਼ੂ ਵੀਰੇ ਨੇ ਕਰਾ ਰੱਖਿਆ ਸੀਗਾ, ਸਿੰਮ ਲੈ ਕੇ ਆਪਾਂ ਹੋਟਲ ਵਾਲਿਆਂ ਨੂੰ ਫੋਨ ਕੀਤਾ, ਅਤੇ ਹੋਟਲ ਵਾਲੇ ਆਪਾਂ ਨੂੰ ਲੈਣ ਆ ਗਏ ਸਿੱਧਾ। ਹੋਟਲ ਪਹਿਲਾਂ ਬੁੱਕ ਕਰਾਉਣਾ ਪਊਗਾ, ਨਹੀਂ ਬੁਕਿੰਗ ਹੋਟਲ ਪਹਿਲਾਂ ਬੁੱਕ ਕਰਾਉਣਾ ਪਊਗਾ। ਰੂਮ ਦਾ ਕਿਰਾਇਆ ਇੱਕ ਦਿਨ ਦਾ ਹੈਗਾ 3500 ਰੁਪਇਆ, ਅਤੇ ਬਾਕੀ ਜੇ ਤੁਹਾਡੀ ਜਾਣ ਪਛਾਣ ਹੈ ਤਾਂ 100-200 ਲੈਸ ਵੀ ਕਰ ਦਿੰਦੇ ਆ। ਫੂਡ ਇਨਕਲੂਡ ਨਹੀਂ, ਫੂਡ ਇਨਕਲੂਡ ਨਹੀਂ ਗਾ, ਬਿਨਾਂ ਫੂਡ ਇੱਕ ਦਿਨ ਦਾ ਕਿਰਾਇਆ 3500 ਰੁਪਇਆ, ਆਪਾਂ 2 ਦਿਨ ਵਾਸਤੇ ਲਿੱਤਾ ਗਾ ਤਾਂ 7000 ਪੇ। ਬਾਕੀ ਤੁਸੀਂ ਆਪਦੇ ਅਕੋਰਡਿੰਗ ਕਰ ਸਕਦੇ ਹੋ, ਫੂਡ ਵਾਲਾ 5-6000 ਚ ਕਹਿ ਰਹੇ ਸੀ, ਪਰ ਅਸੀਂ ਫੂਡ ਨਹੀਂ ਲਿਆ ਕਿਉਂਕਿ ਫਿਰ ਪਤਾ ਨਹੀਂ ਹੁੰਦਾ। ਦੂਜੀ ਟ੍ਰੇਨਾਂ ਨਾਲੋਂ ਆ ਟ੍ਰੇਨ ਦਾ ਸਫ਼ਰ ਬੈਸਟ ਹੈ, ਬੈਸਟ ਰਿਹਾ, ਬਹੁਤ ਵਧੀਆ। ਦੂਜੀ ਟ੍ਰੇਨ 'ਤੇ ਵੀ ਗਏ, ਬਹੁਤ ਛੋਟੇ ਹੁੰਦੇ ਚੜ੍ਹੇ ਹੋਏ ਆ, ਪਰ ਜਵਾਕਾਂ ਦਾ ਪਹਿਲੀ ਵਾਰ ਦਾ ਇਹ ਸਫ਼ਰ ਵਧੀਆ ਰਿਹਾ, ਬੈਸਟ ਰਿਹਾ ਇਹ ਟ੍ਰੇਨ ਦਾ, ਪ੍ਰੈਫਰ ਕਰ ਸਕਦੇ ਤੁਸੀਂ ਸਾਰੇ। ਕਹਿੰਦੇ ਪਹੁੰਚ ਗਏ, ਅਸੀਂ ਪਹੁੰਚ ਗਏ, ਅਤੇ ਹੁਣ ਅਗਲਾ ਵਲੌਗ ਤੁਹਾਨੂੰ ਦੇਖੂਗਾ ਸਾਡਾ, ਅਗਲਾ ਅਗਲੇ 'ਚ ਹੀ ਪਤਾ ਲੱਗੂਗਾ, ਜਵਾਕ ਰੈਸਟ ਕਰਨ ਲੱਗੇ ਸਾਰੇ। ਅਤੇ ਹੁਣ ਆਪਾਂ ਇੱਥੇ ਕਰਦੇ ਹਾਂ ਵਲੌਗ ਦਾ ਐਂਡ, ਬਾਏ ਬਾਏ ਕਰਦੇ ਹਾਂ। ਹੋਟਲ 'ਚ ਪਹੁੰਚ ਗਏ, ਐਂਡ 'ਤੇ ਦੱਸਾਂਗੇ, ਹੋਟਲ ਵੀ ਵਧੀਆ ਮਿਲ ਗਿਆ ਆਪਾਂ ਨੂੰ ਰੂਮ, ਨੈਕਸਟ ਵਲੌਗ 'ਚ ਦਿਖਾਵਾਂਗੇ। ਇਹ ਸੀ ਨਿਊ ਵਲੌਗ, ਨਿਊ ਵਲੌਗ ਸਟਾਰਟ ਕਰਦੇ ਹਾਂ, ਬਸ ਬਾਏ ਬਾਏ ਬਾਏ। ਸਾਡਾ ਯਾਤਰਾ ਸਫ਼ਰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ, ਸਾਰੇ ਜੈ ਮਾਤਾ ਦੀ ਭਰ ਦਿਓ। ਗੁੱਡ ਨਾਈਟ।